ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ ਸਾਡੇ YouTube ਚੈਨਲ ਜੈਮ ਐਨ ਐਨ ਵਲੌਗਸ ਤੇ ਸਵਾਗਤ ਆ ਤੇ ਸਾਡੀ ਇੱਕ ਹੋਰ ਨਵੀਂ ਵੀਡੀਓ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਬਣਾ ਲਿਆ ਬਾਤਚੀਤ ਪਾਪੜ। ਹਾਂਜੀ ਜੋ ਵੀ ਤੁਸੀਂ ਸੁਣਿਆ ਸਹੀ ਸੁਣਿਆ, ਬਾਤਚੀਤ ਪਾਪੜ ਇਹਦੀ ਇੱਕ ਸਟੋਰੀ ਆ। ਅਸੀਂ ਇੱਕ ਰੈਸਟੋਰੈਂਟ ਤੇ ਗਏ ਸੀ ਤੇ ਇਹ ਪਾਪੜ ਸਾਨੂੰ ਪਿਆ 100 ਰੁਪਏ ਦਾ, ਤੋ ਮੈਂ ਸੋਚਿਆ ਵੀ ਘਰੇ ਕਿਉਂ ਨਾ ਟਰਾਈ ਕੀਤਾ ਜਾਵੇ। ਸੋ ਘਰੇ ਇਹ ਬਹੁਤ ਹੀ ਸਸਤਾ ਪਿਆ। ਆਓ ਹੁਣ ਤੁਹਾਨੂੰ ਬਾਤਚੀਤ ਪਾਪੜ ਬਣਾਉਣਾ ਸਿਖਾਉਂਦੇ ਆ। ਇਹਨੂੰ ਤੁਸੀਂ ਪਾਪੜ ਪਨੀਰ ਵੀ ਕਹਿ ਸਕਦੇ ਹੋ, ਪਨੀਰ ਪਾਪੜ ਵੀ ਕਹਿ ਸਕਦੇ ਹੋ, ਕੁਛ ਵੀ ਕਹਿ ਸਕਦੇ ਹੋ ਤੁਸੀਂ ਇਹਨੂੰ। ਹੁਣ ਤੁਹਾਨੂੰ ਦੱਸਦੇ ਵੀ ਬਣਦਾ ਕਿਵੇਂ ਆ। ਹੁਣ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਜਾਣਾ ਕਿਚਨ 'ਚ, ਤਿਆਰੀਆਂ ਸ਼ਿਆਰੀਆਂ ਕੀਤੀਆਂ ਪਈਆਂ ਸਾਰੀਆਂ, ਬਸ ਤੁਹਾਨੂੰ ਦੱਸਦੇ ਵੀ ਕਿਵੇਂ ਬਣਨਾ। ਸੋ ਆਓ ਚੱਲੀਏ ਕਿਚਨ ਦੇ ਵਿੱਚ। ਇਹ ਹੈਗਾ ਜੀ ਪਾਪੜ ਜਿਹੜਾ ਕਿ ਸਾਨੂੰ 80 ਰੁਪਏ ਦਾ ਪਿਆ। ਦੇਖੋ ਬਾਤਚੀਤ ਪਾਪੜ, ਮੂੰਗ ਦਾਲ ਐਂਡ ਉਰਦ ਦਾਲ ਪਾਪੜ। ਠੀਕ ਹੈ ਜੀ, ਪਾਪੜ ਆਪਾਂ ਪੈਕਟ ਖੋਲਾਂਗੇ। ਸੋ ਤਵੇ 'ਤੇ ਬਣਾਇਆ ਜਾਊਗਾ। ਇਹਦੇ ਲਈ ਸਾਨੂੰ ਚਾਹੀਦਾ ਪਿਆਜ਼, ਟਮਾਟਰ ਜੋ ਕਿ ਰੈਗੂਲਰ ਘਰ ਹੁੰਦਾ ਹੀ ਹੈ, ਪਨੀਰ ਚਾਹੀਦਾ, ਪਨੀਰ ਵੀ ਅਸੀਂ ਲੈ ਕੇ ਆਏ ਹੋਏ ਹਾਂ। ਦੇਖੋ ਜੀ ਬਾਤਚੀਤ ਪਾਪੜ ਬੀਕਾ ਜੀ ਵਾਲਿਆਂ ਦਾ। ਠੀਕ ਹੈ ਜੀ, ਸਭ ਤੋਂ ਪਹਿਲਾਂ ਹੋਣ ਜਾ ਰਹੀ ਜਿਵੇਂ ਫੋਨ ਦੀ ਓਪਨਿੰਗ ਹੁੰਦੀ ਪਈ ਆ ਉਵੇਂ ਪਾਪੜ ਦੀ ਓਪਨਿੰਗ ਹੁੰਦੀ ਜਾ ਰਹੀ ਹੈ, ਪਰ ਪਾਪੜ ਖੁੱਲ ਨਹੀਂ ਰਿਹਾ, ਪਾਪੜ ਖੁੱਲਣ ਦਾ ਨਾਂ ਨਹੀਂ ਲੈ ਰਿਹਾ। ਸੋ ਜੀ ਆ ਲਓ, ਕਤਲ ਕਿੱਤੇ ਜਾ ਰਹੇ ਨੇ ਪਾਪੜ ਦੇ, ਫਿਰ ਵੀ ਨਹੀਂ ਖੁੱਲ ਰਿਹਾ ਸਿਸਟਰ ਜੀ। ਓ ਮਾਈ ਗੋਡ ਸਿਸਟਰ ਜੀ, ਤਾਂ ਪਾਪੜ ਦੇ ਖੁੱਲ ਰਿਹਾ, ਫਿਰ ਵੀ ਇਹ ਟਰਾਈ ਚੱਲ ਰਹੀ ਆ। ਲਓ ਜੀ ਪਾਪੜ ਖੋਲ ਦਿੱਤਾ ਗਿਆ, ਓਪਨਿੰਗ ਹੋ ਚੁੱਕੀ ਹੈ ਤੁਹਾਡੇ ਸਾਹਮਣੇ। ਕੋਈ ਫੇਕ ਕੰਮ ਨਹੀਂ ਕੀਤਾ, ਤਵਾ ਉੱਧਰ ਰੱਖਿਆ ਆ। ਪਿਆਜ਼ ਟਮਾਟਰ ਤੁਸੀਂ ਉੱਪਰ ਪਾ ਸਕਦੇ ਹੋ। ਠੀਕ ਹੈ ਜੀ, ਆ ਦੇਖੋ ਆ ਰਿਹਾ ਜੀ ਪਾਪੜ। ਮੈਂ ਇੱਕ ਰੈਸਟੋਰੈਂਟ 'ਤੇ ਖਾਣ ਗਿਆ ਸੀ, ਉੱਥੇ ਸਾਨੂੰ ਪਿਆ ਸੀ ਇਹ 100 ਰੁਪਏ ਦਾ। ਮੈਂ ਹੈਰਾਨ ਰਹਿ ਗਿਆ ਵੀ 100 ਰੁਪਏ ਦਾ ਕਿਵੇਂ ਪੈ ਗਿਆ ਇਹ ਸਾਨੂੰ। ਸੋ ਅਸੀਂ ਘਰੇ ਤਿਆਰ ਕਰਨ ਲੱਗੇ ਹੋਏ ਹਾਂ, ਜਦ ਇਹ ਤਿਆਰ ਹੋ ਜੂਗਾ ਉਦੋਂ ਉੱਪਰ ਪੈਣਾ ਪਿਆਜ਼ ਟਮਾਟਰ। ਪਨੀਰ ਕਿੱਥੇ ਹੈ? ਸੋ ਇਹ ਪਨੀਰ ਹੈ, ਇਹ ਦੁੱਧ ਹੈ। ਪਨੀਰ ਕਿੱਥੇ ਹੈ? ਪਨੀਰ ਮੱਲਾ ਦਿਨਾਂ ਨੇ ਫਰਿੱਜ 'ਚ ਰੱਖਿਆ ਹੋਣਾ, ਇਹ ਘੀ ਹੈ। ਸੋ ਪਾਪੜ ਤਿਆਰ ਹੋ ਰਿਹਾ, ਆਹ ਦੇਖੋ ਆ ਰਿਹਾ ਜੀ ਪਨੀਰ, ਜੋ ਕਿ ਬਹੁਤ ਹੀ ਵਧੀਆ। ਵਧੀਆ ਪਨੀਰ ਖਾਓ, ਵਧੀਆ ਖਾਓ ਪੀਓ। ਅਸੀਂ ਅੱਜ ਤੋਂ ਬਾਅਦ ਸਮਾਨ ਜਿਹੜਾ ਫਾਸਟ ਫੂਡ ਆ ਘਰੇ ਬਣਾ ਲੈਂਦੇ ਹਾਂ। ਇੱਕ ਵਾਰੀ ਪਤਾ ਲੱਗ ਜਾਵੇ ਰੈਸਿਪੀ ਕੀ ਆ ਉਹਦੀ, ਫਿਰ ਅਸੀਂ ਘਰੇ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ, ਜੋ ਕਿ ਉਹਦੇ ਨਾਲ ਵੀ ਬਹੁਤ ਵਧੀਆ ਸਵਾਦ ਬਣਦਾ। ਸੋ ਜਿੰਨੇ ਵੀ ਫਾਸਟ ਫੂਡ ਬਾਹਰ ਖਾਂਦੇ ਨੇ, ਠੀਕ ਹੈ ਜੀ, ਘਰ ਦਾ ਟਰਾਈ ਕਰੋ, ਘਰ ਦਾ ਸਭ ਤੋਂ ਵਧੀਆ ਅਤੇ ਬੈਸਟ ਹੈ। ਨਾ ਬੰਦਾ ਕੋਈ ਬਿਮਾਰ ਹੋਵੇ, ਆ ਤੁਸੀਂ ਮੈਨੂੰ ਦੇਖ ਸਕਦੇ ਹੋ, ਬਾਹਰਲਾ ਫਾਸਟ ਫੂਡ ਖਾ ਲਿਆ ਸੀਗਾ, ਆਹ ਹਾਲਤ ਹੋਈ ਪਈ ਹੈ। ਹਫ਼ਤਾ ਮੈਂ ਬਿਮਾਰ ਰਹੀ, ਇਸ ਕਰਕੇ ਹਫ਼ਤਾ ਵਲੋਗ ਆਇਆ ਨਹੀਂ। ਹੁਣ ਅਸੀਂ ਬਣਾਉਣ ਲੱਗਿਆ ਪਾਪੜ, ਪਾਪੜ ਪਨੀਰ, ਬਾਤਚੀਤ ਪਾਪੜ। ਕਿੰਨੇ ਨਾਮ ਦੇ ਦੇ ਇੱਕ ਵਾਰੀ 'ਚ, ਠੀਕ ਹੈ ਜੀ। ਪਾਪੜ ਤਿਆਰ ਹੋਣ ਲੱਗਿਆ ਹੋਇਆ, ਹੁਣ ਤੁਹਾਨੂੰ ਪਾਪੜ ਦਿਖਾ ਦਿੰਦੇ ਹਾਂ। ਸੋ ਆਹ ਦੇਖੋ ਐਂਡ ਰਾੜ ਲੈਣਾ ਇਹਨੂੰ ਚੰਗੀ ਤਰ੍ਹਾਂ, ਰਾੜ ਦੇ ਉੱਤੇ ਫਿਰ ਇਹਦੇ ਪੈਣਾ ਪਿਆਜ਼ ਅਤੇ ਪਨੀਰ। ਓ ਕੋਈ ਕਮੀ ਪੇਸ਼ੀ ਰਹਿ ਗਈ ਜਿਹੜੇ ਇੱਦਾਂ ਦੇਖਦੇ ਪਏ ਧਿਆਨ ਨਾਲ। ਪਨੀਰ ਆ ਰਿਹਾ, ਇੰਨਾ ਕੁ ਪਨੀਰ ਪਾਉਣਾ, ਤੁਹਾਡੀ ਮਰਜ਼ੀ। ਪਾਪੜ ਹੋ ਚੁੱਕਿਆ ਤਿਆਰ, ਤਿਆਰ ਹੋ ਗਿਆ, ਪੰਜ ਚੁੱਕੇ, ਪੰਜ ਤਾਂ ਪਾਪੜ ਇਹਨਾਂ ਨੇ। ਹੁਣ ਉਹਦੇ ਉੱਤੇ ਪੈਣੇ ਆ ਪਿਆਜ਼ ਅਤੇ ਟਮਾਟਰ। ਵੈਲ ਡਨ, ਜਿਹੜੇ ਦੇਸੀ ਬੰਦੇ ਨੇ ਹੱਥ ਨਾਲੇ ਚੱਕ ਲੈਂਦੇ ਨੇ, ਕੋਈ ਗਲਵਸ ਦਾ ਇਸਤੇਮਾਲ ਨਹੀਂ, ਕਿਸ ਤਾਂ ਘਰ ਦੇ ਬੰਦੇ ਆ। ਠੀਕ ਹੈ ਜੀ, ਦੇਖੋ ਦੇਖਣ 'ਚ ਤੁਹਾਨੂੰ ਐਂ ਲੱਗੂਗਾ ਵੀ ਤੁਹਾਡੇ ਮੂੰਹ 'ਚੋਂ ਪਾਣੀ ਆ ਰਿਹਾ, ਇੰਨਾ ਸਵਾਦ ਬਣਦਾ ਇਹ। ਇੱਕ ਵਾਰੀ ਟਰਾਈ ਜ਼ਰੂਰ ਕਰਿਓ। ਇਹ 'ਤੇ ਤੁਸੀਂ ਕਾਲੇ ਚਣੇ ਵੀ ਪਾ ਸਕਦੇ ਹੋ, ਕੌਰਨ ਪਾ ਸਕਦੇ ਹੋ, ਜੋ ਤੁਹਾਡਾ ਜੀ ਕਰਦਾ ਅੱਜ ਦੇ ਟਾਈਮ 'ਚ ਤੁਸੀਂ ਕੁਛ ਵੀ ਪਾ ਸਕਦੇ ਹੋ, ਮੈਗੀ ਵੀ ਪਾ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਤੁਸੀਂ ਇਹਦੇ 'ਤੇ ਕੀ ਪਾਉਣਾ, ਹੁਣ ਹੈਗਾ ਪਨੀਰ, ਇਹਨੂੰ ਮੈਸ਼ ਕਰਕੇ ਪਾਵਾਂਗੇ। ਸੋ ਇੰਨੇ 'ਚ ਤਿਆਰ ਹੁੰਦਾ ਪਿਆ ਪਨੀਰ ਆਪਾਂ ਕਰਦੇ ਪਏ ਹਾਂ, ਠੀਕ ਹੈ ਜੀ। ਜੇ ਮੇਰੀ ਵੀਡੀਓ ਵਧੀਆ ਲੱਗਦੀ ਹੈ ਲਾਈਕ, ਕਮੈਂਟ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਆਪਾਂ ਥੋੜ੍ਹੀ ਅਲੱਗ ਵੀਡੀਓ ਲੈਂਦੇ ਹਾਂ। ਲੇਟ ਜ਼ਰੂਰ ਆਉਂਦੇ ਮੇਰੀ ਵੀਡੀਓ, ਪਰ ਅਲੱਗ ਆਉਂਦੀਆਂ ਨੇ, ਸਾਰਿਆਂ ਨਾਲ ਅਲੱਗ ਵੀਡੀਓ ਹੁੰਦੀਆਂ ਨੇ, ਠੀਕ ਹੈ ਜੀ। ਲਓ ਜੀ ਹੁਣ ਤਿਆਰ ਹੋ ਚੁੱਕਿਆ ਪੂਰੀ ਚੰਗੀ ਤਰ੍ਹਾਂ। ਇੱਕ ਵਾਰੀ ਤੁਸੀਂ ਟਰਾਈ ਕਰ ਲੈਣਾ, ਤੁਹਾਨੂੰ ਸਵਾਦ ਬਹੁਤ ਲੱਗੂਗੀ। ਇਹ ਹੈਲਥੀ ਚੀਜ਼ ਆ, ਨਾਲੇ ਕੱਚੀਆਂ ਸਬਜ਼ੀਆਂ ਪਾਈਆਂ ਹੋਈਆਂ ਨੇ ਸਾਰੀਆਂ, ਪਿਆਜ਼ ਟਮਾਟਰ, ਕੱਚਾ ਪਨੀਰ ਗਾ, ਐਵੇਂ ਕੋਈ ਭੁੰਨਿਆ ਨਹੀਂ ਹੈਗਾ। ਦੇਖੋ ਕੱਦੂ ਗਾਸ ਕਰ ਲਿਆ ਹੁਣ ਇਹਨੂੰ, ਇਹਦੇ ਉੱਤੇ ਦੇ ਕਿਤੇ ਚੀਜ਼ ਪਾਤਾ, ਕਿੱਦਾਂ ਦਿਮਾਗ ਨਹੀਂ ਚੱਲਿਆ, ਨਹੀਂ ਤਾਂ ਇਹਦੀ ਪੈਟੀ ਬਣਾ ਲਈ, ਪਾਪੜ ਪਨੀਰ ਪੈਟੀ ਬਣਦੀ ਹੈ। ਲੋਕਾਂ ਦਾ ਦਿਮਾਗ ਜਿਵੇਂ ਸਾਡਾ ਦਿਮਾਗ ਕਿਤੇ ਹੋਰ ਚੱਲ ਪੈਂਦਾ। ਤਿਆਰ ਹੈ, ਮਸਾਲੇ ਪਾਉਣੇ। ਸੋ ਇਹਦੇ ਉੱਤੇ ਕਿਹੜਾ ਕਿਹੜਾ ਮਸਾਲਾ ਪਊਗਾ? ਬਲੈਕ ਪੇਪਰ। ਇਹਦੇ ਉੱਤੇ ਪਊਗਾ ਜੀ ਬਲੈਕ ਪੇਪਰ। ਸੋ ਆਹ ਦੇਖੋ ਸਾਡੀ ਰਸੋਈ, ਸਾਰਿਆਂ ਨੇ ਐਵੇਂ ਸਮਾਨ ਰੱਖਿਆ ਹੁੰਦਾ, ਆਹ ਹੁਣ ਪੈਣ ਲੱਗਿਆ। ਸੋ ਕਿੱਥੇ ਲੂਣ ਵਾਲਾ ਡੱਬਾ? ਇੱਥੇ ਲੂਣ ਵਾਲਾ ਡੱਬਾ ਹੈ ਜੇ, ਮੈਂ ਖੋਜਦਾ ਪਿਆ, ਮੈਂ ਲੱਭਿਆ ਨਹੀਂ। ਆਹ ਦੇਖੋ ਜੀ ਹੁਣ ਪਾਪੜ ਤਿਆਰ ਹੋ ਚੁੱਕਿਆ ਚੰਗੀ ਤਰ੍ਹਾਂ। ਆਹ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਪਾਪੜ ਤਿਆਰ ਹੋਇਆ ਹੋਇਆ। ਆਹ ਪਾਤਾ ਜੀ ਚਿੱਟਾ ਨੂੰ, ਖਾ ਕੇ ਦੱਸਦੇ ਹਾਂ ਤੁਹਾਨੂੰ ਕਿੱਦਾਂ ਦਾ ਲੱਗਿਆ। ਰੈਡੀ ਹੋ ਚੁੱਕਿਆ ਪਾਪੜ ਬਣਾਇਆ, ਹੁਣ ਤੁਹਾਨੂੰ ਖਾ ਕੇ ਦੱਸਦੇ ਹਾਂ। ਆਹ ਦੇਖੋ ਪੀਜ਼ੇ ਦੀ ਤਰ੍ਹਾਂ ਤੁਸੀਂ ਇਹਨੂੰ ਸਲਾਈਸ ਕਰਕੇ ਵੀ ਖਾ ਸਕਦੇ ਹੋ, ਜਿਵੇਂ ਤੁਹਾਡਾ ਜੀ ਕਰੇ ਉਵੇਂ ਖਾ ਸਕਦੇ ਹੋ।
बहुत तरह की अलग की डिश बनाई है। सो वीडियो वधिया लगी लाइक कमेंट शेयर चैनल सब्सक्राइब करना ना भुल्यो। मेरे वाले सारे जय श्री राम।